होर अपडेट्स दे लई मेरा चैनल सब्सक्राइब करो अते नोटिफिकेशन दे लई बैल आइकन ते क्लिक करो। मिस्टर सिंह प्रोडक्शंस प्रेजेंट्स जन्म मरण दोहू मैं नाई जन पर उपकारी आए जीदान दे भगती लायन लैन मिलाए जो जन ले खसम का नाम जो जन ले खसम का तिन के सद बलिहारे जा तिन के सद बलिहारे जा जो जन ले खसम का ना जो जन ले कसम का नाम सो निर्मल निर्मल हारे गुण गावे निर्मल तो बाद विश्राम देना अर्थ आपे ही हो जाएंगे। सो निर्मल विश्राम ओ निर्मल हो जाता है जेड़ा निर्मल प्रभु दे गुण गाता है बाबा वीर सिंह निर्मल हो गए। सो निर्मल निर्मल हार गुण गावे सो भाई मेरे मन कट राम रया भरपूर जै कट राम रया भरपूर तिन की पग पंकज हम तूड़े जुलाह मत का तीर जात जुलाह मत का तीर सहज सहज गुण रमे कबीर जो जन ले खसम का ना जो जन ले खसम का ना तिन के सद बलिहारे जा तिन के सद बलिहारे
ਸਦ ਬਲਿਹਾਰ ਜਾ ਜੋ ਜਨਮ ਦੇ ਖਸਮ ਖਾਣਾ ਜੋ ਜਨਮ ਦੇ ਖਸਮ ਖਾਣਾ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਵੱਡਾ ਦਿਹਾੜਾ ਜੀ ਅਸੀਂ ਇੱਕ ਵਾਰੀ ਵਾਹਿਗੁਰੂ ਕਹੀਏ ਇੱਕ ਵਾਰੀ ਵਾਹਿਗੁਰੂ ਦਾ ਮਹਾਤਮ ਝੋਲੀ ਜੀ ਬਾਬਾ ਵੀਰ ਸਿੰਘ ਜੀ ਵਰਗੇ ਇੱਕ ਵਾਰੀ ਵਾਹਿਗੁਰੂ ਕਹਿਣ 7 ਕਰੋੜ ਵਾਰੀ ਵਾਹਿਗੁਰੂ ਕਹਿਣ ਦਾ ਮਹਾਤਮ ਬਣਦਾ ਗੱਜ ਕੇ ਆਖੋ ਸਤਿਗੁਰੂ ਕਿਉਂ ਉਹਨਾਂ ਦਾ ਹਰ ਰੋਮ ਵਾਹਿਗੁਰੂ ਜਪਦਾ ਹਰ ਰੋਮ 3-4 ਮਿੰਟ ਵਿੱਚ ਸਮਾਪਤੀ ਹੈ ਕਿਉਂਕਿ ਬਹੁਤ ਰੂਹਾਂ ਨੇ ਹਾਜ਼ਰੀਆਂ ਭਰਨੀਆਂ ਅੱਜ ਦੇ ਦੀਵਾਨ 'ਚ ਕੇਵਲ ਆਓ ਮੰਗ ਲਈਏ ਕਲਗੀਆਂ ਲਿਆ ਕਿਰਪਾ ਕਰੀ ਸਾਡੀ ਕੁੱਲ ਵਿੱਚ ਸੰਤ ਨਿੰਦਕ ਨਾ ਪੈਦਾ ਹੋਵੇ ਸੰਤ ਸੇਵੀ ਪੈਦਾ ਹੋਵੇ ਆਖੋ ਸਤਨਾਮ ਜੋ ਜਨ ਲੇ ਖਸਮ ਕਾ ਨਾਉ ਤਿੰਨ ਕੇ ਸਦ ਬਲਿਹਾਰੇ ਸਦ ਦਾ ਅਰਥ ਹੈ ਕੁੱਲਾਂ ਤੱਕ ਆਓ ਸਾਰੇ ਮੰਗ ਲਈਏ ਪਿਤਾ ਜੀ ਦੇ ਚਰਨਾਂ 'ਚ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜੇ ਭੈਣਾਂ ਮੰਨਣ ਤੇ ਇੱਕ ਵਾਰੀ ਵੀਰ ਬੋਲਣ ਇੱਕ ਵਾਰੀ ਸਾਰੀਆਂ ਭੈਣਾਂ ਆਪਣੇ ਲਈ ਬੱਚਿਆਂ ਲਈ ਪਿਤਾ ਜੀ ਜਪਣ ਵਾਲਿਆਂ ਦੀ ਸੰਗਤ ਬਖਸ਼ਣਾ ਭੈਣੋ ਸਾਰੀਆਂ ਆਪਣੀ ਵਾਰੀ 'ਚ ਬੋਲਿਓ ਜੀ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਸਾਰੀਆਂ ਭੈਣਾਂ ਜਿਨਕੇ ਚੋਲੇ ਆਹਾ ਹਾਂਜੀ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਸਾਰੀਆਂ ਭੈਣਾਂ ਜਿਨਕੇ ਆਹਾ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ ਜੋ ਜਨ ਲੇ ਖਸਮ ਕਾ ਨਾਉ ਜੋ ਜਨ ਖਸਮ ਤਿਨਕੇ ਸਤ ਬਲਿਹਾਰੇ ਜਾਨਕੇ ਸਤ ਬਲਿਹਾਰੇ ਜਾਨ ਤਿਨਕੇ ਸਤ ਬਲਿਹਾਰੇ ਜਾਨ
ਦਸਤਾਰ ਸਿੰਘ ਜੀ ਬੈਠੇ ਹੈ, ਇਹਨਾਂ ਦੇ ਸਿਰ 'ਤੇ ਹੱਥ ਹੈ ਬਾਬਾ ਦਇਆ ਸਿੰਘ ਜੀ ਦਾ, ਸਾਰੇ ਹੋਰ ਮਹਾਂਪੁਰਸ਼ਾਂ ਦਾ, ਅਤੇ ਫਿਰ ਅਗਾਂਹ ਜਾ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਿਰ 'ਤੇ ਹੱਥ ਹੈ ਸੀਸ ਝੁਕਾਓ ਧੰਨ ਗੁਰੂ ਹਰਗੋਬਿੰਦ ਸਾਹਿਬ, ਗੱਜ ਕੇ ਆਖੋ ਸਤਿਗੁਰੂ। ਇਹ ਸਾਡੇ ਲਈ ਉਹਨਾਂ ਨੇ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਪੂਰਨੇ ਪਾਏ ਹੈ ਜਪਣ ਵਾਲਿਆਂ ਦਾ ਸਤਿਕਾਰ। ਬਸ ਮੈਂ ਇੱਕ ਮਿੰਟ ਦੀ ਗੱਲ ਬੋਲ ਕੇ ਸਾਰੀਆਂ ਰੂਹਾਂ ਦੀ ਹਾਜ਼ਰੀ ਲੱਗੇ, ਵੱਡਾ ਦਿਹਾੜਾ। ਗੁਰੂ ਹਰਗੋਬਿੰਦ ਸਾਹਿਬ ਗਏ ਮਾਤਾ ਭਾਗ ਭਰੀ ਨੂੰ ਦਰਸ਼ਨ ਦੇਣ। ਦੇਖੋ ਕੈਸਾ ਗੁਰੂ ਸਾਡਾ, ਅਕਾਲ ਤਖ਼ਤ ਸਾਹਿਬ 'ਤੇ ਕਿੰਨਾ ਰੁਝੇਵਾਂ ਹੋਣਾ, ਕਿੰਨਾ ਆਇਆ ਗਿਆ। ਐਸਾ ਨਿਮਾਣਿਆਂ ਦਾ ਮਾਣ ਹੈ ਪਿਤਾ, ਨਾ ਉਦੋਂ ਰੇਲ ਗੱਡੀਆਂ, ਨਾ ਕੋਈ ਜਹਾਜ਼ ਅਤੇ ਨਾ ਬੱਸਾਂ ਅਤੇ ਨਾ ਛੋਟੀਆਂ ਗੱਡੀਆਂ। ਕਿੱਥੇ ਜਾ ਰਹੇ ਮਾਤਾ ਭਾਗ ਭਰੀ ਨੂੰ ਦਰਸ਼ਨ ਦੇਣ, ਗੱਜ ਕੇ ਆਖੋ ਸਤਨਾਮ। ਰਸਤੇ ਜਿੱਥੇ ਰੁਕੇ ਨਾ ਜੀ ਮਹਾਰਾਜ ਸ਼੍ਰੀਨਗਰ ਕੋਲ, ਭਾਈ ਕੱਟੂ, ਹੁਣ ਤੁਸੀਂ ਇਸ਼ਾਰਾ ਸਮਝ ਲਿਓ। ਕੋਈ ਕੋਈ ਤੁਹਾਡੇ 'ਚੋਂ ਫਿਰ ਟੱਪਦਾ ਜਿਹੜਾ ਮਨ ਮਰ ਜਾਂਦਾ, ਉਹਦਾ ਘਰ ਵੀ ਗੁਰਦੁਆਰਾ ਬਣ ਜਾਂਦਾ। ਕਹਿ ਦਿਓ ਗੱਜ ਕੇ ਸਤਨਾਮ, ਉਹਦੀ ਜ਼ਿੰਦਗੀ ਵੀ ਚੱਲਦਾ ਫਿਰਦਾ ਗੁਰਦੁਆਰੇ ਬਣ ਜਾਂਦੀ। ਭਾਈ ਕੱਟੂ ਦਾ ਘਰ ਗੁਰਦੁਆਰਾ, ਹਰ ਆਇਆ ਗਿਆ ਸਿੱਖ ਰੁਕਣਾ ਸ਼੍ਰੀਨਗਰ ਕਸ਼ਮੀਰ ਕੋਲ। ਇੱਕੋ ਚਾਹ ਬਸ ਸੇਵਾ, ਉਹ ਕਿਤੇ ਇੱਕ ਸਿੱਖ ਡੋਲੂ 'ਚ ਲਿਆਇਆ ਸ਼ਾਇਦ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਦੇ ਰਾਹ 'ਚ ਭਾਈ ਕੱਟੂ ਦਾ ਡੇਰਾ ਪੈਂਦਾ। ਉਹ ਕਹਿੰਦੇ ਭਾਈ ਕੱਟੂ ਨੇ ਪੁੱਛ ਲਿਆ ਕੀ ਹੈ, ਉਹਨੇ ਕਿਹਾ ਸ਼ਹਿਦ ਹੈ। ਕਹਿੰਦੇ ਨਾਂ ਸੁਣ ਕੇ ਚਿੱਤ ਕਰ ਆਇਆ, ਅਤੇ ਭਾਈ ਕੱਟੂ ਨੇ ਐਂ ਤਲੀ ਕਰਤੀ ਵੀ ਨਾਂ ਸੁਣ ਕੇ ਚਿੱਤ ਕਰ ਆਇਆ ਅਤੇ ਦੋ ਬੂੰਦਾਂ ਪਾ ਦੇ ਤਲੀ 'ਤੇ। ਉਹਨੇ ਡੋਲੂ ਖਿੱਚ ਲਿਆ ਅਤੇ ਆਖਿਆ ਤੇਰੇ ਵਰਗੇ ਵਾਸਤੇ ਨਹੀਂ ਹੈਗਾ ਇਹ, ਮੈਂ ਗੁਰੂ ਹਰਗੋਬਿੰਦ ਸਾਹਿਬ ਲਈ ਲਿਆਇਆ। ਆਖੋ ਸਤਿਨਾਮ, ਜਿਵੇਂ ਮਹਾਰਾਜ ਵੀ ਲਿਆਇਆ ਛੇਵੇਂ ਪਾਤਸ਼ਾਹ ਲਈ। ਐ ਸਿੱਖੀਏ, ਭਾਈ ਕੱਟੂ ਨੇ ਨਾ ਗੁੱਸਾ ਕੀਤਾ ਨਾ ਬੈਂਸ, ਲਫਜ਼ ਕੀ ਵਰਤੇ, ਸਿੱਖਾਂ ਮੇਰੇ ਕੋਲ ਭੁੱਲ ਹੋ ਗਈ। ਆਖੋ ਸਤਿਨਾਮ, ਬਈ ਵਾਕਿਆ ਤੂੰ ਸਤਿਗੁਰੂ ਲਈ ਲੈ ਉੱਥੇ ਹੀ ਹਾਜ਼ਰੀ ਲਵਾਉਣੀ ਹੈ ਵੀ ਮੈਂ ਕਹਿ ਬੈਠਾ ਭੋਲੇ ਭਾ ਆ ਸਿੱਖੀ ਹੈ। ਮੈਂ ਪਹਿਲੀ ਵਾਰੀ ਆਇਆ ਸਟੇਜ 'ਤੇ ਅਤੇ ਬਾਬਾ ਵੀਰ ਸਿੰਘ ਜੀ ਦੀ ਸ਼ਹੀਦੀ ਦੀ ਜਿਹੜੀ ਐਂਡ ਸੁਣ ਕੇ ਅਤੇ ਮੇਰੇ ਰੋਂਗਟੇ ਖੜ੍ਹੇ ਹੋ ਗਏ ਕਿ ਸਿੱਖ ਨੇ ਸਿੱਖ ਨੂੰ ਨਹੀਂ ਮਾਰਨਾ। ਕਹਿ ਦਿਓ ਗੱਜ ਕੇ ਸਤਨਾਮ, ਹੋਏ ਹੋਏ ਹੋਏ। ਮੈਂ ਕਹਿੰਦਾ ਆ ਪ੍ਰਚਾਰ ਕਿਤੇ ਘਰ ਘਰ ਪਹੁੰਚ ਜੇ, ਆ ਘਰ ਘਰ ਪਹੁੰਚ ਜੇ। ਸ਼ਾਇਦ ਭਾਈ ਗੁਰਦਾਸ ਜੀ ਨੇ ਹੋਰ ਅਨੇਕਾਂ ਜਗ੍ਹਾ ਬਾਣੀ 'ਚ ਇਹ ਤਾਂ ਹੀ ਪ੍ਰਮਾਣ ਦਿੱਤੇ ਗਏ ਆ ਕਿ ਸਿੱਖ ਸਿੱਖ ਨਾਲ ਪਿਆਰ ਕਰੇ। ਮੈਂ ਇੱਕ ਲਾਈਨ ਬੋਲ ਦਿੰਦਾ, ਆਪਸ 'ਚ ਸਾਰੇ ਤੁਸੀਂ ਕਿਰਪਾ ਹੀ ਹੈ, ਹੋਰ ਪਿਆਰ ਵਧਾਇਆ ਕਰੋ, ਭਾਵੇਂ ਕਿਸੇ ਚਿੱਟੀ ਬੰਨੀ, ਭਾਵੇਂ ਖੱਟੀ ਅਤੇ ਭਾਵੇਂ ਨੀਲੀ ਅਤੇ ਭਾਵੇਂ ਕਾਲੀ। ਆਖੋ ਸਤਨਾਮ, ਭਾਵੇਂ ਕੋਈ ਕਿਸੇ ਸੰਪਰਦਾ ਦਾ, ਮਾਲੀ ਸਾਡਾ ਕਲਗੀਆਂ ਲਾਈਏ, ਮਾਲੀ ਸਾਡਾ ਛੇਵੇਂ ਪਾਤਸ਼ਾਹੀ ਹੈ। ਆਖੋ ਸਤਨਾਮ, ਸਾਨੂੰ ਭਾਈ ਗੁਰਦਾਸ ਜੀ ਦੀ ਬਾਣੀ ਇੱਥੋਂ ਤੱਕ ਸੇਧ ਦਿੰਦੀ ਹੈ, ਉਹ ਸਿੱਖ ਨਾਲ ਲੜਨਾ ਇੱਕ ਪਾਸੇ, ਨੀਵਾਂ ਵਿਖਾਉਣਾ ਇੱਕ ਪਾਸੇ, ਸਿੱਖ ਸਿੱਖ ਨੂੰ ਪਾਣੀ ਪਿਆ ਦੇਵੇ ਕੁਝ ਨਹੀਂ ਕਰ ਸਕਦਾ, ਸਿੱਖ ਸਿੱਖ ਨੂੰ ਪਾਣੀ ਪਿਆ ਦੇਵੇ ਤੇ ਇੱਕ ਸਮੇਤ ਜੱਗ ਦਾ ਫਲ ਝੋਲੀ 'ਚ ਪੈ ਜਾਂਦਾ। ਗੱਜ ਕੇ ਕਹਿ ਦਿਓ ਸਤਨਾਮ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੇਤ, ਅਸਮੇਧ ਜੱਗ ਫਲ ਸਿੱਖ ਕੋ ਜਵਾਏਗਾ। ਆ ਕਿੱਡੀ ਵੱਡੀ ਕੁਰਬਾਨੀ ਬਾਬਾ ਵੀਰ ਸਿੰਘ ਜੀ, ਸਾਹਮਣੇ ਸਿੱਖ ਨੇ ਨਹੀਂ ਉਹ ਵੀ ਬਾਜਾਂ ਲੈਦੇ ਆ। ਕਹਿ ਦਿਓ ਗੱਜ ਕੇ ਸਤਨਾਮ, ਚਲੋ ਸਮਾਪਤੀ ਕਰਾਂ ਜੀ। ਭਾਈ ਕੱਟੂ ਨੇ ਬਹਿਸ ਨਹੀਂ ਕੀਤੀ ਆ ਸਿੱਖੀ,
हाँ नहीं मेरे को गलती भाई मैं मंग बैठा वो जदों मैं इशारा दे रहा जी एक मिनट समाप्ति उस एक शहद लैके गया छेवें पातशाह को महाराज पिट कर ली आको साधना कहिंदा महाराज पिट कर ली कहिंदे नहीं खुशी नहीं महाराज मैं शहद लैके आया एडी चा नाल गुरु हरगोबिंद साहब कहिंदे ढक्कण खोल के वेख उन्हें ढक्कण खोलिया तो सतगुरु सब कुछ कर सकते ही उन्हें दृष्टि बनाती इंज नज़र आया भी कीड़े चल रहे कहिंदा महाराज शहद तो पाँच पाँच साल ही खराब हुंदा ये तो दो महीने होए कटिया ये की गल होगी कीड़े किवें पै गए गुरु हरगोबिंद साहब हस पे कहिंदे सानू ना जू की है आखो साधना सानू ना जू की कहिंदा जी तुहाडे लई लै आया तो तुहानू किवें ना करांगा आ जे साडी सिख्या गुरु हरगोबिंद साहब की महाराज कहिंदे असीं मंगिया तू ना की महाराज मैं तुहाडे लई लै आया तुसीं कदों मंगिया महाराज हस के कहिंदे मैं निरा मूंह राही नहीं मंगिया तली अड के मंगिया कह दिओ गज के सतना वाहिगुरु जी देखो गुरु पेठ लगन देंदा ऐ साडा गुरु कहिंदे महाराज तुसीं थोड़ी तली अड के मंगिओ ते भाई कट्टू ने मंगिया सी महाराज कहिंदे भाई कट्टू उस पौड़ी ते चढ़ गया पहली लां दूजी लां तीजी लां ये कलिया लावा ना समझे वस्था हैगी है भाई कट्टू चौथी लाम ते पहुंच गया हर चौथड़ी लामन सहज पया हर पाया बलराम जी आको सतना वो मेरा रंगिया सिख जिन्हें मन मारता महाराज कहते मेरा कोई रंगिया सिख कुछ मंगे वो नहीं मंगता वो मैं मंग रहा उन्हें कह दो गज के सतना महाराज हुण किवें करां महाराज कहिंदे असीं दृष्टि बनाई सी शायद तेरा ठीक है पर पहले भाई कट्टू प्रवान करेगा फिर मेरे को हाजरी लगू हुण इत्थों की सिखोगे कि गुरु हरगोबिंद साहब आप सिखांदे हैं नाम जपण वालियां दा सत्कार गज के आखो सतनाम आ इक धारना पढ़ लो नाल ही समाप्ति है जी नाम जप लै निमाणी जिंदे मेरी है चारे पासे माण मिलदा नाम जप लै निमाणी जिंदे मेरी है चारे पासे माण मिलदा नाम जप लै निमाणी जिंदे मेरी है चारे पासे मन मिलदा नाम जप लै निमाणी जिंदे मेरे चारे पासे मन मिलदा ओहो ही सिख गया शहद लैके भाई कट्टू भावे दो बूंदा छक लै कह दो गज के सतना गुरु हरगोबिंद साहब कहते तू प्रवान करेगा तो मेरे को प्रवान हो आ है मान गुरु दा लगन देंदा पिट वाहिगुरु कृपा करे असी भी मंगीए जो जन ले खसम का नाओ तिन के सद भलिहारे जाओ बाबा वीर सिंह जी दियां बड़ियां कमाइया मैं तो उदन नगर कीर्तन वेख के हैरान हो गया जी आखो सत असी पूला साहब जा रहे सी चुपहरे असी इधरों बठिंडे वालों आ रहे ही ते पट्टी वालों गड्डी मोड़ी सानू भी दो घंटे विच धक्के ना हाजरी आको सतना जिधर जाइए ट्रालियां मैं उदो सीस चुकिया मैं क्या वेखो वो 250 साल हो गए 250 साल उन्हों का आगमन अज भी किन्नी दुनिया जय जयकार कर रही है उन्हों वेख के नजर आया वाहो वाहो करे सही जन सोने तिन को परजा पूजन आई आखो सतना तो असी निमाणे निताणे हो के बाबा अवतार सिंह जी दे हुक्म ते हाजरी लाउण आए हाँ बाबा वीर सिंह जी दियां कमाइयां साढ़े ते भी तरस करन साडियां कुलां समेत नाम नाल जोड़न सारियां संगियां नूं नाम नाल जोड़न बाबा जी चरणां चों धूड़ी लैण आए हाँ असीसां दे के भेजणा आओ पढ़ के समाप्ति जी जो जन ले खसम का नाम जो जन ले खसम का नाम
तिन के सद बलिहार जाऊं, तिन के सद बलिहार जाऊं, जो जन ले कसम करना, हाँ जी जो जन ले कसम करना, बोले हाजरी प्रवान करो जी। बाबा जी दे शुकराने जिन्हें बुलारे आए ने, ते मैनू नहीं सी आस हाजरी लग जाऊ, पर हाजरी लग गई। बाबा जी बाबा कुंदन सिंह जी का भजन है जी, कहते मां पुरश का आगमन दिन होवे या बरसी होवे, स्टेज दे मगर दो मिनट बह के भी हाजरी लग जाए दरगाह की हाजरी बन जाती। आखो सतनाम, आओ अगला प्रोग्राम सरवण करो प्यार नाल। वाहिगुरु जी का खालसा वाहिगुरु जी की फतेह।